ਬੜਾ ਭਾਈ ਦਲਵੀਰ ਸਿੰਘ ਬਹੁਤ ਵਧੀਆ ਲਿਖਦਾ ਹੁੰਦਾ ਸੀ ਅਤੇ ਟਿਊਨਾਂ ਕੰਪੋਜ਼ ਆਪ ਹੀ ਕਰਦਾ ਹੁੰਦਾ ਸੀ ਕਿਉਂਕਿ ਰਲ ਮਿਲ ਕੇ ਅਸੀਂ ਪਚੰਗੀ ਵਿੱਚ ਲਿਖਦੇ ਜੋ ਵੀ ਗੀਤ ਲਿਖਦੇ ਸੀ ਅਸੀਂ ਲਿਖਦੇ ਥੱਲੇ ਪਚੰਗੀ ਲਿਖਦੇ ਹੁੰਦੇ ਸੀ ਉਹ ਮੈਨੂੰ ਯਾਦ ਆਉਂਦੇ ਹੈ ਇੱਕ ਵਾਰ ਅਸੀਂ ਕੰਪਟੀਸ਼ਨ ਰੱਖ ਲਏ ਵੀ ਕਿਹੜਾ ਜ਼ਿਆਦਾ ਗੀਤ ਲਿਖ ਕੇ ਲੈ ਕੇ ਆਊਗਾ ਉਹਨੇ ਬਹੁਤ ਹੀ ਗੀਤ ਲਿਖ ਕੇ ਲੈ ਆਉਂਦੇ ਉਹ 'ਚੋਂ ਇੱਕ ਗੀਤ ਮੈਨੂੰ ਬੜਾ ਪਸੰਦ ਆਇਆ ਉਹ ਸੀਗਾ ਪੱਬਾਂ ਵਿੱਚ ਜਾਣਾ ਛੱਡ ਦੇ ਮੇਰੀ ਇਕੱਲੀ ਦੀ ਪੇਸ਼ ਨਾ ਜਾਵੇ ਅਤੇ ਇੱਕ ਉਹ ਸੀਗਾ ਇੱਕ ਸਿੱਖਿਆ ਸੀ ਕਿਉਂਕਿ ਜੋ ਆ ਘਰਾਂ ਦੇ ਵਿੱਚ ਹੁੰਦਾ ਸੀ ਉਸ ਵੇਲੇ ਅੱਜ ਵੀ ਇਹੀ ਹੋ ਰਿਹਾ ਪੱਬਾਂ ਘਰ ਵਾਲੀ ਕਹਿੰਦੀ ਘਰ ਵਾਲੇ ਨੂੰ ਪੱਬਾਂ ਵਿੱਚ ਜਾਣਾ ਛੱਡ ਦੇ ਮੇਰੀ ਇਕੱਲੀ ਦੀ ਪੇਸ਼ ਨਾ ਜਾਵੇ ਜਾਂ ਅਸੀਂ ਇੱਕ ਗੀਤ ਉਹਦਾ ਭਾਬੀਏ ਢੋਲ ਮੇਰਾ ਨਹੀਂ ਉਹ ਬੋਲਦਾ ਨੱਚ ਗਿੱਧੇ ਵਿੱਚ ਇੱਕ ਇੱਦਾਂ ਦੇ ਗੀਤ ਉਹਨੇ ਨੱਚਣ ਦੇ ਵੀ ਸਮਝਣ ਦੇ ਵੀ ਅਤੇ ਧਾਰਮਿਕ ਗੀਤ ਵੀ ਬਹੁਤ ਉਹਨੇ ਬਹੁਤ ਵਧੀਆ ਗਾਏ ਅਤੇ ਲਿਖੇ ਵੀ ਸਾਨੂੰ ਉਹਦੀ ਯਾਦ ਹਮੇਸ਼ਾ ਸਾਡੇ ਦਿਲਾਂ ਵਿੱਚ ਰਹੂਗੀ ਅੱਜ ਦਲਵੀਰ ਸਿੰਘ ਪਚੰਗੀ ਦੀ ਮਿੱਠੀ ਯਾਦ ਦੇ ਵਿੱਚ ਜੋ ਪ੍ਰੋਗਰਾਮ ਹੋ ਰਿਹਾ ਹੈ ਖਾਸ ਕਰਕੇ ਗੁਰਚਰਨ ਅਤੇ ਹਰਜਿੰਦਰ ਜੋ ਕਿ ਦਲਵੀਰ ਸਿੰਘ ਦੇ ਸਪੁੱਤਰ ਨੇ ਲੜਕੇ ਨੇ ਉਹ ਕਰਾ ਰਹੇ ਨੇ ਬੜੀ ਖੁਸ਼ੀ ਦੀ ਗੱਲ ਵੀ ਹੈ ਅਤੇ ਦਿਲ ਭਰ ਕੇ ਵੀ ਆਉਂਦਾ ਹੈ ਕਿ ਸਾਡੇ ਵੱਡਾ ਭਾਈ ਜਿਸ ਨੂੰ ਅਸੀਂ ਪਿਆਰ ਨਾਲ ਵੱਡੇ ਭਾਈ ਕਹਿੰਦੇ ਸਾਂ ਉਹਨਾਂ ਦੀ ਯਾਦਾਂ ਮੁੜ ਕੇ ਫਿਰ ਤਾਜ਼ੀਆਂ ਹੁੰਦੀਆਂ ਨੇ ਦਲਵੀਰ ਸਿੰਘ ਖਾਨਪੁਰੀ ਜਾਂ ਦਲਵੀਰ ਪਚੰਗੀ ਜਾਂ ਬੜਾ ਭਾਈ ਅਸੀਂ ਦੋਨਾਂ ਨੇ 10 ਸਾਲ ਇਕੱਠਿਆਂ ਨੇ ਸਟੇਜ 'ਤੇ ਗਾਇਆ ਸਾਰੀ ਦੁਨੀਆ ਦੇ ਵਿੱਚ ਉਹਨਾਂ ਦੇ ਜੋ ਗੀਤ ਲਿਖੇ ਕਿਉਂਕਿ ਗੀਤ ਜੋ ਵੀ ਅਸੀਂ ਲਿਖਦੇ ਹੁੰਦੇ ਸੀ ਰਲ ਮਿਲਾ ਕੇ ਲਿਖਦੇ ਹੁੰਦੇ ਸਨ ਉਹਦੇ ਵਿੱਚ ਬਹੁਤ ਹੀ ਕਲਾ ਸੀ ਉਹ ਵਿੱਚ ਹੀ ਅੱਧ ਦੇ ਵਿੱਚ ਹੀ ਸਾਨੂੰ ਵਿਛੋੜਾ ਦੇ ਗਿਆ ਇਸ ਦਾ ਬੜਾ ਦੁੱਖ ਹੈ ਪਰ ਉਹਨੇ ਜੋ ਬੂਟੇ ਲਾਏ ਉਹਦੀ ਕਲਾ ਨੇ ਇਸ ਪੰਜਾਬੀ ਮਾਂ ਬੋਲੀ ਨੂੰ ਸੁਰਜੀਤ ਰੱਖਿਆ ਅਤੇ ਅਸੀਂ ਸਾਰਿਆਂ ਨੇ ਮਿਲ ਕੇ ਜੋ ਵੀ ਸੇਵਾ ਅਸੀਂ ਪੰਜਾਬੀ ਦੀ ਕਰ ਸਕੇ ਕੀਤੀ ਹੈ ਅਤੇ ਆਓ ਉਹਦੀ ਯਾਦ ਦੇ ਵਿੱਚ 30 ਨਵੰਬਰ ਨੂੰ ਇਹ ਪ੍ਰੋਗਰਾਮ ਕਰ ਰਹੇ ਨੇ ਹੁਮ ਆ ਕੇ ਪਹੁੰਚੋ ਅਤੇ ਆਪਾਂ ਉਹਨਾਂ ਨੂੰ ਰਲ ਸਾਰੇ ਮਿਲ ਕੇ ਸ਼ਰਧਾਂਜਲੀ ਭੇਟ ਕਰੀਏ ਤਲੋਚਨ ਸਿੰਘ ਬਲਗਾ ਸ਼ਕਤੀ 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 ਸ਼ਕਤੀ